ਤੁਸੀਂ ਮਾਨ ਸਾਹਿਬ ਨੂੰ ਮਿਲਦੇ ਰਹਿੰਦੇ ਹੋ, ਉਹ 13-0 ਦਾ ਸਲੋਗਨ ਦਿੰਦੇ ਸੀ, ਮੋਰਾਲ ਡਾਊਨ ਹੈ? ਨਹੀਂ ਨਹੀਂ, ਦੇਖੋ ਲੀਡਰ ਦਾ ਮੋਰਾਲ ਡਾਊਨ ਸਾਡੇ ਦਾ ਨਹੀਂ ਹੈ ਬਿਲਕੁਲ ਵੀ। ਭਗਵੰਤ ਮਾਨ ਜੀ ਦੀ ਪਾਪੂਲਰਿਟੀ ਲਗਾਤਾਰ ਵਧੀ ਹੈ, 2022 ਤੋਂ ਬਾਅਦ ਇਨਕਰੀਜ਼ ਹੋਈ ਹੈ, ਲੇਕਿਨ ਜਦੋਂ ਕਾਊਂਟਿੰਗ ਹੋਈ ਹੈ ਤੇ ਇਹ ਸਾਡੇ ਲਈ ਬੜਾ ਸਰਪ੍ਰਾਈਜ਼ਿੰਗ ਵੀ ਸੀ ਔਰ ਚਿੰਤਾਜਨਕ ਵੀ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਮੈਨੂੰ ਮੰਨਣ 'ਚ ਵੀ ਗੁਰੇਜ਼ ਨਹੀਂ ਹੈ ਕਿ ਤਮਾਮ ਚੰਗੇ ਕੰਮ ਕਰਨ ਦੇ ਬਾਵਜੂਦ ਵੀ ਅਸੀਂ ਸੀਟਾਂ 'ਚ ਕਨਵਰਟ ਕਿਉਂ ਨਹੀਂ ਕਰ ਪਾਏ। ਇਸ ਤਰ੍ਹਾਂ ਦੇ ਕਈ ਇੰਸਟਾਂਸ ਹੋਏ ਆ ਜਿੱਥੇ ਸਾਨੂੰ ਇਲੈਕਸ਼ਨ ਦੇ ਦੌਰਾਨ ਜਿਹੜੀ ਬਿਊਰੋਕਰੇਸੀ ਹੈ ਉਹਨੇ ਕਿਤੇ ਨਾ ਕਿਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤਾ ਵੀ। ਕਿਤੇ ਨਾ ਕਿਤੇ ਗੈਪ ਹੈ ਲੋਕਾਂ ਦਾ ਔਰ ਸਾਡੇ ਜਿਹੜੇ MLA ਸਾਹਿਬਾਨ ਹੈ ਸਾਰਿਆਂ ਦਾ ਨਹੀਂ, ਜਿੱਥੇ ਜਿੱਥੇ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਲੂਜ਼ ਕੀਤਾ ਆ, ਇੱਕ ਤਾਂ ਉੱਥੇ ਗੈਪ ਹੈ। ਹਰੇਕ ਬੰਦੇ ਦੇ ਰੋਲ ਨੂੰ ਆਇਡੈਂਟੀਫਾਈ ਕਰਕੇ ਜਿਨ੍ਹਾਂ ਨੇ ਬਿਹਤਰ ਕੀਤਾ ਉਹਨਾਂ ਨੂੰ ਪ੍ਰਮੋਟ ਕਰੀਏ, ਤਾਕਤ ਦਈਏ, ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਦਾ ਵੀ ਕੋਈ ਨਾ ਕੋਈ ਤਰੀਕਾ ਜਿਹੜਾ ਬਣਾਇਆ ਜਾਵੇ। ਦੇਸ਼ ਭਰ 'ਚ ਲੋਕ ਸਭਾ ਚੁਣਾਵ ਜਿਹੜੇ ਉਹ ਖਤਮ ਹੋਏ ਨੇ, ਪੰਜਾਬ ਦੇ ਵਿੱਚ ਰਿਜ਼ਲਟ ਜਿਹੜੇ 13 ਸੀਟਾਂ 'ਤੇ ਆਏ ਉਹ ਇੱਕ ਮਿਕਸ ਬੈਗ ਹੈ, ਹਰ ਪਾਰਟੀ ਨੂੰ ਕੁਛ ਨਾ ਕੁਛ ਤਕਰੀਬਨ ਮਿਲਿਆ ਹੈ ਬੀਜੇਪੀ ਨੂੰ ਛੱਡ ਕੇ। ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਿੱਤ ਕੇ ਆਏ ਨੇ ਮਲਵਿੰਦਰ ਕੰਗ, ਪਾਰਟੀ ਦੇ ਚੀਫ ਸਪੋਕਸਪਰਸਨ ਵੀ ਨੇ ਔਰ ਲਗਾਤਾਰ ਮੀਡੀਆ ਨਾਲ ਇੰਟਰੈਕਟ ਵੀ ਕਰਦੇ ਨੇ, ਸਾਡੇ ਨਾਲ ਨੇ ਮਲਵਿੰਦਰ ਕੰਗ। ਕੰਗ ਸਾਹਿਬ, ਇਲੈਕਸ਼ਨ ਹੋਇਆ ਪੂਰਾ ਹੋਇਆ 13 ਸੀਟਾਂ 'ਤੇ ਦਾਅਵਾ ਕੀਤਾ ਗਿਆ ਸੀ, 3 ਸੀਟਾਂ ਆਈਆਂ, ਤੁਸੀਂ ਉਹ 3 ਦੇ ਵਿੱਚੋਂ ਇੱਕ ਜਿੱਤੇ, ਕਿੰਨਾ ਕੁ ਡਿਫੀਕਲਟ ਸੀ ਤੁਹਾਡਾ ਇਲੈਕਸ਼ਨ, ਖਾਸ ਕਰਕੇ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਕਾਫੀ ਸੀਟਾਂ ਹਾਰ ਰਹੀ ਸੀ? ਨਹੀਂ ਦੇਖੋ, ਇਹ ਤਾਂ ਰਿਜ਼ਲਟ ਤੋਂ ਬਾਅਦ ਬੜਾ ਸ਼ੌਕਿੰਗ ਸੀ ਵੀ ਸਾਡੇ ਲਈ, ਕਿਉਂਕਿ ਜਿਹੜੀ ਪੂਰੀ ਕੈਂਪੇਨ ਹੈ ਇਸ ਦੌਰਾਨ ਤਾਂ ਸਾਨੂੰ ਕਦੀ ਵੀ ਨਹੀਂ ਲੱਗਿਆ ਵੀ ਅਸੀਂ ਕੋਈ ਲੂਜ਼ ਕਰਾਂਗੇ ਜਾਂ ਕੰਪੀਟੀਸ਼ਨ ਵੀ ਟਫ ਹੋਊਗਾ, ਕਿਉਂਕਿ ਕਾਂਗਰਸ 'ਚ ਜਿਸ ਤਰੀਕੇ ਨਾਲ ਟਿਕਟਾਂ ਦੀ ਵੰਡ ਹੋਈ ਹੈ ਲਾਸਟ ਮੂਮੈਂਟ 'ਤੇ ਹਫਰਾ ਦਫਰੀ ਔਰ ਹਰੇਕ ਮੋਸਟਲੀ ਕੈਂਡੀਡੇਟ ਉਹਨਾਂ ਦੇ ਏਰੀਆ ਬਦਲ ਕੇ ਗਏ, ਚੰਨੀ ਸਾਹਿਬ, ਚਮਕੌਰ ਸਾਹਿਬ ਦੇ, ਉਹ ਫਤਿਹਗੜ੍ਹ ਸਾਹਿਬ ਨਹੀਂ ਗਏ, ਉਹ ਜਲੰਧਰ ਗਏ, ਰਾਜਾ ਵੜਿੰਗ ਇਨਕੇ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਹੈ, ਉਹ ਬਠਿੰਡੇ ਦੇ ਰਹਿਣ ਵਾਲੇ, ਉਹ ਲੁਧਿਆਣੇ ਲੜ ਰਹੇ। ਜਿਹੜੇ ਮੇਰੇ ਖਿਲਾਫ਼ ਵੀ ਸਿੰਗਲਾ ਸਾਹਿਬ ਆਏ ਹੈ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆ ਔਰ ਫਿਰ ਉਹ ਆਪਣਾ ਏਰੀਆ ਬਦਲ ਕੇ ਆ ਰਹੇ। ਇੱਕ ਤਾਂ ਬੜਾ ਸਪਸ਼ਟ ਹੈ ਵੀ ਕਾਂਗਰਸ ਕੋ ਕੈਂਡੀਡੇਟ ਨਹੀਂ ਸੀ ਔਰ ਉਹਨਾਂ ਨੇ ਜੋੜ ਤੋੜ ਕੀਤੀ ਹੈ, ਕਿਉਂਕਿ ਜਿੱਥੋਂ ਜਿੱਥੋਂ ਲੋਕ ਇਹਨਾਂ ਦੇ ਲੀਡਰ ਸੀ ਉੱਥੇ ਉਹਨਾਂ ਦੀ ਕ੍ਰੈਡੀਬਿਲਿਟੀ ਡਾਊਨ ਸੀ। ਭਗਵੰਤ ਮਾਨ ਜੀ ਦੀ ਪਾਪੂਲਰਿਟੀ ਲਗਾਤਾਰ ਵਧੀ ਹੈ, 2022 ਤੋਂ ਬਾਅਦ ਇਨਕਰੀਜ਼ ਹੋਈ ਹੈ, ਮਤਲਬ ਗਿਰੀ ਨਹੀਂ ਹੈ ਔਰ ਤੁਸੀਂ ਕਿਸੇ ਵੀ ਪੰਜਾਬ ਦੇ ਏਰੀਏ ਚਲੇ ਜਾਓ ਭਗਵੰਤ ਮਾਨ ਨੂੰ ਲੋਕ ਅੱਜ ਵੀ ਉਹਦਾ ਸਤਿਕਾਰ ਕਰਦੇ ਆ। ਲੇਕਿਨ ਜਦੋਂ ਕਾਊਂਟਿੰਗ ਹੋਈ ਹੈ ਤੇ ਇਹ ਸਾਡੇ ਲਈ ਬੜਾ ਸਰਪ੍ਰਾਈਜ਼ਿੰਗ ਵੀ ਸੀ ਔਰ ਚਿੰਤਾਜਨਕ ਵੀ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਮੈਨੂੰ ਮੰਨਣ 'ਚ ਵੀ ਗੁਰੇਜ਼ ਨਹੀਂ ਹੈ ਔਰ ਪਾਰਟੀ ਫਰੋਮ ਦਾ ਫਸਟ ਡੇ ਜਿੱਦਣ ਦੇ ਰਿਜ਼ਲਟ ਆਏ ਆ, ਅਗਲੇ ਦਿਨ ਤੋਂ ਮੁੱਖ ਮੰਤਰੀ ਜੀ ਔਰ ਸਾਡੇ ਜਨਰਲ ਸੈਕਟਰੀ ਆਰਗਨਾਈਜੇਸ਼ਨ ਸੰਦੀਪ ਪਾਠਕ ਜੀ ਲਗਾਤਾਰ ਫੀਡਬੈਕ ਲੈ ਰਹੇ ਆ ਕੀ ਕਮੀਆਂ ਰਹੀਆਂ, ਕਿ ਤਮਾਮ ਚੰਗੇ ਕੰਮ ਕਰਨ ਦੇ ਬਾਵਜੂਦ ਵੀ ਅਸੀਂ ਸੀਟਾਂ 'ਚ ਕਨਵਰਟ ਕਿਉਂ ਨਹੀਂ ਕਰ ਪਾਏ, ਔਰ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਇਹਦਾ ਜਿਹੜਾ ਉਪਚਾਰ ਕੀਤਾ ਜਾਊਗਾ। ਕੱਲ੍ਹ ਸਾਹਿਬ, ਚਲੋ ਉਹ ਫੀਡਬੈਕ ਆਏਗੀ, ਇਟ ਵਿਲ ਟੇਕ ਟਾਈਮ, ਪਾਰਟੀ ਦਾ ਪ੍ਰੋਸੈਸ ਹੈ, ਬਟ ਐਜ਼ ਅ ਮੈਂਬਰ ਪਾਰਲੀਮੈਂਟ ਜਾਂ ਤੁਸੀਂ ਪਾਰਟੀ ਐਕਟੀਵਿਟੀ ਨੂੰ ਬੜਾ ਕਲੋਜ਼ਲੀ ਵਾਚ ਕਰਦੇ ਹੋ, ਤੁਹਾਡੇ ਹਿਸਾਬ ਨਾਲ ਕੀ ਕਮੀ ਕਿੱਥੇ ਰਹਿ ਗਈ ਵੀ 1300 ਸਿਰਫ 3 ਸੀਟਾਂ ਜਾਂ ਕਮੀ ਕਿੱਥੇ ਰਹੀ ਪਾਰਟੀ? ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਗੈਪ ਹੈ ਲੋਕਾਂ ਦਾ ਔਰ ਸਾਡੇ ਜਿਹੜੇ MLA ਸਾਹਿਬਾਨ ਹੈ ਸਾਰਿਆਂ ਦਾ ਨਹੀਂ, ਜਿੱਥੇ ਜਿੱਥੇ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਲੂਜ਼ ਕੀਤਾ ਆ, ਇੱਕ ਤਾਂ ਉੱਥੇ ਗੈਪ ਹੈ, ਦੂਜਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਐਡਮਿਨਿਸਟ੍ਰੇਸ਼ਨ ਨੇ ਵੀ ਸਾਨੂੰ ਕੋਆਪਰੇਟ ਨਹੀਂ ਕੀਤਾ, ਮਤਲਬ ਈਵਨ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਮੋਸਟਲੀ। ਫੋਰ ਐਗਜ਼ਾਮਪਲ, ਸਾਡੇ ਚਮਕੌਰ ਸਾਹਿਬ 'ਚ ਕੋਈ ਇਸ਼ੂ ਸੀਗਾ, ਲੋਕ ਕਈ ਸਾਲਾਂ ਤੋਂ ਜ਼ਮੀਨ 'ਤੇ ਰਹਿ ਰਹੇ ਦਰਿਆ ਦੇ ਕਿਨਾਰੇ, ਉੱਥੇ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਨੋਟਿਸ ਕੱਢਣੇ, ਉਹ ਸਿੱਧਾ 8-10 ਹਜ਼ਾਰ ਵੋਟ 'ਤੇ ਫਰਕ ਪੈ ਗਿਆ। ਇਸ ਤਰ੍ਹਾਂ ਦੇ ਕਈ ਇੰਸਟਾਂਸ ਹੋਏ ਆ ਜਿੱਥੇ ਸਾਨੂੰ
ਇਲੈਕਸ਼ਨ ਦੇ ਦੌਰਾਨ ਜਿਹੜੀ ਬਿਊਰੋਕਰੇਸੀ ਹੈ ਉਹਨੇ ਕਿਤੇ ਨਾ ਕਿਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤਾ ਵੀ ਹੈ। ਸੋ ਇਹ ਵੀ ਇੱਕ ਕਾਰਨ ਮੈਨੂੰ ਲੱਗਦਾ ਹੈ। ਔਰ ਤੀਸਰਾ ਮੈਨੂੰ ਲੱਗਦਾ ਵੈਲਿਡ ਕਾਰਨ ਹੈ ਵੀ ਭਗਵੰਤ ਮਾਨ ਜੀ ਦੇ ਕੀਤੇ ਗਏ ਕੰਮਾਂ ਨੂੰ। ਫੋਰ ਐਗਜ਼ਾਮਪਲ, ਮੈਂ ਆਪਣੇ ਹਲਕੇ 'ਚ ਕੰਪੇਨ ਕਰਦਾ ਸੀ ਬਲਾਚੌਰ, ਮੈਂ ਗਿਆ ਉੱਥੇ, ਮੈਂ ਕਿਹਾ ਜੀ ਤੁਹਾਡੇ ਏਰੀਏ 'ਚ 8 ਸਬ ਇੰਸਪੈਕਟਰ ਲੋਕ ਬਣੇ ਆ ਬਿਨਾਂ ਰਿਸ਼ਵਤ ਤੋਂ। ਤਾਂ ਉੱਥੇ ਪੇਰੈਂਟਸ ਖੜੇ ਹੋ ਕੇ ਕਹਿੰਦੇ ਸੀ 8 ਨਹੀਂ ਬਣੇ, 15 ਬਣੇ ਆ। ਲੋਕਾਂ ਨੂੰ ਇਨਵੋਲਵ ਕੀਤਾ। ਨਵਾਂ ਸ਼ਹਿਰ 'ਚ ਕਿਸਾਨਾਂ ਨੇ ਮੈਨੂੰ ਕਿਹਾ ਮੀਟਿੰਗ ਭਰੀ ਮੀਟਿੰਗ ਕਿ ਸਾਡਾ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਸਾਡਾ ਸਾਲ ਦਾ 4-4, 5-5 ਲੱਖ ਰੁਪਇਆ ਬਚ ਗਿਆ, ਜਿਹੜਾ ਡੀਜ਼ਲ ਅਸੀਂ ਬਾਲਦੇ ਸੀ ਜਨਰੇਟਰਾਂ 'ਤੇ ਬਿਜਲੀ ਆ ਰਹੀ ਹੈ ਲਗਾਤਾਰ, ਸਾਨੂੰ ਉਹ ਫਾਇਦਾ ਆਇਆ। ਮੈਨੂੰ ਲੱਗਦਾ ਜਿੱਥੇ ਇਹ ਚੀਜ਼ ਨਹੀਂ ਪਹੁੰਚਾ ਪਾਏ ਉਹਦਾ ਨੁਕਸਾਨ ਸਾਨੂੰ ਹੋਇਆ। ਸਰ ਕਰੈਕਸ਼ਨਲ ਪਾਥ ਲੈ ਰਹੀ ਹੈ ਪਾਰਟੀ, ਕਿਸ ਤਰ੍ਹਾਂ ਇਹਨੂੰ ਠੀਕ ਕਰਨਾ, ਕਿਉਂਕਿ ਹੁਣ MC ਦੀਆਂ ਚੋਣਾਂ ਵੀ ਆਉਣਗੀਆਂ ਅਗਾਂ 2027 ਦੇ ਵਿੱਚ, ਇਲੈਕਸ਼ਨ ਵੀ ਆ, ਕਾਰਪੋਰੇਸ਼ਨ ਵੀ ਹੈ, ਕਮੇਟੀਆਂ ਦੇ ਵੀ ਆ, ਡੈਫੀਨੇਟਲੀ ਬਾਈ ਇਲੈਕਸ਼ਨ ਵੀ ਹੈ। ਸੋ ਪਾਰਟੀ ਨੇ ਤਾਂ ਅਗਲੇ ਦਿਨ ਤੋਂ ਹੀ ਸ਼ੁਰੂ ਕਰਤਾ ਸੀ ਇਹਦਾ ਕਿ ਕੀ ਕਾਰਨ ਰਹੇ ਆ। ਔਰ ਬੜੀ ਗੰਭੀਰਤਾ ਨਾਲ ਪਾਰਟੀ ਸਾਰੇ ਜਿਹੜੇ ਪਾਰਟੀ ਦੀ ਲੀਡਰਸ਼ਿਪ ਦਾ ਜੋ ਰੋਲ ਹੈ ਉਹਨੂੰ ਵਾਚ ਕਰ ਰਹੀ ਹੈ, ਸਟੱਡੀ ਕਰ ਰਹੀ ਹੈ, ਰਿਸਰਚ ਕਰ ਰਹੀ ਹੈ, ਤਾਂ ਕਿ ਹਰੇਕ ਬੰਦੇ ਦੇ ਰੋਲ ਨੂੰ ਆਇਡੈਂਟੀਫਾਈ ਕਰਕੇ ਜਿਨ੍ਹਾਂ ਨੇ ਬਿਹਤਰ ਕੀਤਾ ਉਹਨਾਂ ਨੂੰ ਪ੍ਰਮੋਟ ਕਰੀਏ, ਤਾਕਤ ਦਈਏ, ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਦਾ ਵੀ ਕੋਈ ਨਾ ਕੋਈ ਤਰੀਕਾ ਜਿਹੜਾ ਬਣਾਇਆ ਜਾਵੇ, ਜਿਹੜੇ ਪਾਰਟੀ ਦਾ ਨੁਕਸਾਨ ਵੀ ਕੀਤਾ ਕਈ ਥਾਵਾਂ 'ਤੇ ਜੋ ਰਿਪੋਰਟਾਂ ਆਈਆਂ। ਸੋ ਇਹ ਮੈਨੂੰ ਲੱਗਦਾ ਪਾਰਟੀ ਵਿਲ ਟੇਕ ਰਾਈਟ ਮਤਲਬ ਡਿਸੀਜਨ ਕਿ ਕਿਸ ਤਰ੍ਹਾਂ, ਲੇਕਿਨ ਇਹ ਆ ਵੀ ਸਾਡੇ ਕੋਲ ਸਮਾਂ ਹੈਗਾ 27 ਤੱਕ, ਔਰ ਪਾਰਟੀ ਦਾ ਜਥੇਬੰਦਕ ਢਾਂਚਾ ਵੀ ਮਜ਼ਬੂਤ ਹੋਊਗਾ ਔਰ ਅਸੀਂ ਮਤਲਬ ਕਮਬੈਕ ਕਰਾਂਗੇ ਮਜ਼ਬੂਤੀ ਨਾਲ। ਹੁਣ 4-5 ਬਾਈ ਇਲੈਕਸ਼ਨ ਆਉਣਗੇ, ਕੁਝ ਮੈਂਬਰ ਪਾਰਲੀਮੈਂਟਸ ਵੀ ਇਲੈਕਸ਼ਨ ਜਿੱਤੇ ਨੇ, ਉਹ ਇਮੀਡੀਏਟ ਟੈਸਟ ਹੋਏਗਾ ਪਾਰਟੀ ਵਾਸਤੇ? ਸੁਭਾਵਿਕ ਜੀ ਗੱਲ, ਦੇਖੋ ਡੈਮੋਕ੍ਰੇਸੀ 'ਚ ਲੋਕਾਂ ਦਾ ਫਤਵਾ ਜਿਹੜਾ ਹੈ ਸਭ ਤੋਂ ਇੰਪੋਰਟੈਂਟ ਹੈ, ਅਤੇ ਹਰੇਕ ਇਲੈਕਸ਼ਨ ਚੈਲੇਂਜਿੰਗ ਹੈ। ਸੋ ਜਿਹੜੇ ਇਲੈਕਸ਼ਨ ਬਾਈ ਇਲੈਕਸ਼ਨ ਆਏ ਉਹਦੇ 'ਚ ਮੈਂ ਕਹਿੰਦਾ ਵੀ ਇਹ ਕੋਈ ਵੀ ਸਮੂਥ ਨਹੀਂ ਹੁੰਦਾ, ਔਰ ਜਦੋਂ ਖਾਸ ਕਰ ਜਦੋਂ ਸਾਡੇ ਰਿਜ਼ਲਟ ਸਾਡੀਆਂ ਉਮੀਦਾਂ ਦੇ ਹਿਸਾਬ ਨਾਲ ਨਹੀਂ ਆਏ ਤਾਂ ਸੁਭਾਵਿਕ ਗੱਲ ਹੈ ਵੀ ਸਾਨੂੰ ਜ਼ਿਆਦਾ ਕੌਨਸ਼ੀਅਸ ਹੋ ਕੇ ਸਜਗਤਾ ਨਾਲ ਇਲੈਕਸ਼ਨ ਲੜਨਾ ਚਾਹੀਦਾ। ਅੰਕਲ ਸਾਹਿਬ, ਤੁਸੀਂ ਪਾਰਟੀ ਅਫੇਅਰਸ ਨੂੰ ਬੜੀ ਕਲੋਜ਼ਲੀ ਦੇਖਦੇ ਹੋ, ਔਰ ਤੁਸੀਂ ਗੱਲ ਵੀ ਕੀਤੀ ਵੀ ਕਾਂਗਰਸ ਕੋਲ ਕੈਂਡੀਡੇਟ ਨਹੀਂ ਸੀ, ਇੱਧਰ ਉੱਧਰ ਭੇਜੇ, ਚਲੋ ਮੈਂ ਕਹਿੰਦਾ ਉਹਨਾਂ ਨੂੰ ਸ਼ਾਇਦ ਸੂਟ ਕਰ ਗਿਆ, 7 ਸੀਟਾਂ ਆ ਗਈਆਂ ਫਿਰ ਵੀ, ਅਤੇ ਕਾਂਗਰਸ ਦੀ ਐਮਰਜੈਂਸ ਨੂੰ ਕਿੱਦਾਂ ਦੇਖਦੇ ਹੋ? 18 ਸੀਟਾਂ ਸੀ ਵਿਧਾਨ ਸਭਾ 'ਚ ਜਦੋਂ ਤੁਸੀਂ ਲੋਕ ਜਿੱਤ ਕੇ ਆਏ 92 ਸੀਟਾਂ ਨਾਲ, ਹੁਣ ਉਹ 7 ਸੀਟਾਂ ਲਏ, ਇਹ ਥਰੈਟ ਬਣ ਗਈ ਹੈ ਕਾਂਗਰਸ ਤੁਹਾਡੇ ਲਈ? ਥਰੈਟ ਤਾਂ ਨਹੀਂ ਮੈਂ ਕਹੂੰਗਾ, ਮੈਨੂੰ ਲੱਗਦਾ ਵੀ ਲੋਕ ਸਭਾ 'ਚ ਲੋਕਾਂ ਨੇ ਇਹ ਦੇਖਿਆ ਵੀ ਸ਼ਾਇਦ BJP ਨੂੰ ਰੋਕਣ ਲਈ ਕਾਂਗਰਸ ਜ਼ਿਆਦਾ ਉਹਨਾਂ ਨੇ ਤਵੱਜੋ ਦਿੱਤੀ ਹੈ, ਜੋ ਮੇਰਾ ਆਪਣਾ ਮੰਨਣਾ, ਨਿੱਜੀ ਮੇਰੀ ਰਾਏ ਹੈ, ਤਾਂ ਕਰਕੇ ਵੀ ਕਾਂਗਰਸ ਨੂੰ ਇਜਾਫਾ ਹੋਇਆ। ਅਤੇ ਮੈਨੂੰ ਲੱਗਦਾ ਇਹ ਵੀ ਉਹਨਾਂ ਨੂੰ ਚੀਜ਼ ਸੂਟ ਕਰ ਗਈ, ਜਿਨ੍ਹਾਂ ਦੀ ਐਂਟੀ ਇਨਕੰਬੈਂਸੀ ਸੀ ਆਪਣੇ ਆਪਣੇ ਹਲਕਿਆਂ ਦੇ ਉਹਨਾਂ ਦਾ ਏਰੀਆ ਬਦਲਤਾ, ਤਾਂ ਉਹਦੇ ਨਾਲ ਵੀ ਮੈਨੂੰ ਲੱਗਦਾ ਉਹ ਇਹਨਾਂ ਨੂੰ ਸਿੱਧੀਆਂ ਹੀ ਪੈ ਗਈਆਂ। ਹਾਲਾਂਕਿ ਅਸਲੀਅਤ ਉਹਦੇ ਪਿੱਛੇ ਇਹ ਆ ਵੀ ਜਿਹੜੇ ਬੰਦੇ ਦਾ ਜਿਹੜਾ ਕੋਈ ਵੀ ਆਦਮੀ ਆਪਣਾ ਏਰੀਆ ਨਹੀਂ ਛੱਡਦਾ ਜਦੋਂ ਤੱਕ ਕਿ ਉਹਨੂੰ ਪਤਾ ਨਾ ਲੱਗੇ ਵੀ ਲੋਕ ਮੇਰੇ ਖਿਲਾਫ ਹੋ ਗਿਆ, ਪਰ ਇਹਨਾਂ ਨੂੰ ਉਹ ਵੀ ਚੀਜ਼ ਸਿੱਧੀ ਪੈ ਗਈ, ਚਲੋ ਇਹ ਇਹਨਾਂ ਦੀ ਕਿਸਮਤ ਸੀ, ਲੇਕਿਨ ਆਮ ਆਦਮੀ ਪਾਰਟੀ ਕਮਬੈਕ ਕਰੂ। ਇੱਕ ਇੰਪੋਰਟੈਂਟ ਹੋਰ ਹੈ ਵੀ ਤੁਹਾਡਾ ਜਿਹੜਾ ਕੰਸਟੀਟੂਐਂਸੀ ਹੈ ਬੜੀ ਰਿਲੀਜੀਅਸਲੀ ਇੰਪੋਰਟੈਂਟ ਹੈ, ਤੇ ਉਹਦੇ ਲਈ ਕੀ ਪ੍ਰਾਇਓਰਟੀਜ਼ ਨੇ ਤੁਹਾਡੀਆਂ ਐਜ਼ ਅ ਮੈਂਬਰ ਪਾਰਲੀਮੈਂਟ? ਦੇਖੋ, ਸ੍ਰੀ ਆਨੰਦਪੁਰ ਸਾਹਿਬ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਲੋਕ ਸਭਾ ਹੈ, ਡਾਈਵਰਸੀਫਿਕੇਸ਼ਨ ਵੀ ਇੱਥੇ ਬਹੁਤ ਹੈ, ਇੱਥੇ ਤਮਾਮ ਸਮਾਜ ਦੇ ਅਲੱਗ ਅਲੱਗ ਭਾਈਚਾਰੇ ਜਿਹੜੇ ਆ ਬੜੇ ਆਪਸ ਤਾਲਮੇਲ ਨਾਲ ਰਹਿੰਦੇ ਆ, ਬੜੇ ਲੋਅ ਪ੍ਰੋਫਾਈਲ ਲੋਕ ਹੈ। ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਤਖ਼ਤ ਕੇਸਗੜ੍ਹ ਸਾਹਿਬ, ਮਾਤਾ ਨੈਣਾ ਦੇਵੀ, ਖੁਰਾਲਗੜ੍ਹ ਸਾਹਿਬ, ਪ੍ਰਭੂ ਰਾਮ ਜੀ ਦਾ ਮੰਦਿਰ ਜਿਹੜਾ ਸਾਡੇ ਖਰੜ 'ਚ ਹੈ ਬੜਾ ਪੁਰਾਣਾ, ਚਮਕੌਰ ਸਾਹਿਬ, ਖਟਕੜ ਕਲਾਂ, ਸ਼ਹੀਦ ਆਜ਼ਮ ਦਾ ਪਿੰਡ ਹੈ,
ਔਰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਰਿਆਸਤ ਦੀ ਹੱਦ ਰੋਪੜ ਹੈ। ਸੋ ਇੱਕ ਰਿਲੀਜੀਅਸ ਔਰ ਹਿਸਟੋਰੀਕਲ ਜਿਹੜਾ ਟੂਰਿਜ਼ਮ ਪੁਆਇੰਟ ਆਫ ਵਿਊ ਨਾਲ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਇੰਟਰਨੈਸ਼ਨਲ ਮੈਪ 'ਤੇ, ਕਿਉਂਕਿ ਸਾਨੂੰ ਜ਼ਰੂਰਤ ਹੈ ਅੱਜ ਮੋਹਾਲੀ ਤੋਂ ਇਨਕਰੀਜ਼ ਕਰਵਾਈਏ ਇੰਟਰਨੈਸ਼ਨਲ ਫਲਾਈਟਸ, ਪੈਸੈਂਜਰ ਬਹੁਤ ਹੈ ਔਰ ਸਾਡੇ ਲੋਕ ਖੱਜਲ ਖਰਾਬ ਹੁੰਦੇ ਆ ਦਿੱਲੀ ਜਦੋਂ ਜਾਂਦੇ ਆ। ਸੋ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਲੋਕਾਂ ਨੂੰ ਟੂਰਿਸਟ ਨੂੰ ਇੱਥੇ ਲੈ ਕੇ ਆਉਣਾ ਉਹਦੀ ਸਾਡੀ ਕੋਸ਼ਿਸ਼ ਰਹੂਗੀ ਔਰ ਬਿਹਤਰ ਉਹਨਾਂ ਨੂੰ ਸੁਵਿਧਾਵਾਂ ਦੇਈਏ ਇਹਦੇ ਲਈ ਵੀ ਪ੍ਰਯਾਸ ਕਰਾਂਗੇ। ਔਰ ਤੁਹਾਡਾ ਕੰਸਟੀਟੂਐਂਸੀ ਮਿਕਸ ਹੈ ਰੂਰਲ ਔਰ ਅਰਬਨ ਦੀ? ਯੈਸ, ਡੈਫੀਨਿਟਲੀ ਕਿਹਾ ਨਾ ਰੂਰਲ ਅਰਬਨ ਐਂਡ ਤਮਾਮ ਜਿਹੜੇ ਭਾਈਚਾਰੇ ਆ ਸਮਾਜ ਦੇ ਆਪਣੇ ਉਹ ਵੀ ਇੱਥੇ ਮਿਕਸ ਹੈ, ਕੋਈ ਇੱਕ ਵੀ ਡੋਮੀਨੇਟ ਨਹੀਂ ਕਰਦਾ। ਸੋ ਇਹ ਬੜੀ ਆਪਣੇ ਆਪ 'ਚ ਬੜੀ ਇੰਪੋਰਟੈਂਟ ਹੈ ਔਰ ਮੇਰੇ ਲਈ ਬੜੀ ਬੜੀ ਖੁਸ਼ਕਿਸਮਤੀ ਹੈ, ਮੈਂ ਤੇ ਪਰਮਾਤਮਾ ਦਾ ਧੰਨਵਾਦ ਕਰਦਾ। ਮੈਨੂੰ ਸਾਰੇ ਭਾਈਚਾਰਿਆਂ ਨੇ ਬਹੁਤ ਆਸ਼ੀਰਵਾਦ ਦਿੱਤਾ ਔਰ ਮੇਰੀ ਕੋਸ਼ਿਸ਼ ਹੋਊਗੀ ਆਉਣ ਵਾਲੇ ਟਾਈਮ 'ਚ ਇਹ ਭਾਈਚਾਰਾ ਮਜ਼ਬੂਤ ਹੋਵੇ ਪੰਜਾਬ ਦਾ, ਸਾਰੇ ਮਿਲ ਕੇ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਔਰ ਪੰਜਾਬ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਈਏ। ਕਾਕ ਸਾਹਿਬ, ਤੁਸੀਂ ਇਲੈਕਸ਼ਨ ਲੜਿਆ, ਬੜਾ ਟਾਈਟ ਇਲੈਕਸ਼ਨ ਸੀਗਾ, ਸਪੈਸ਼ਲੀ ਮੈਂ ਕਹਿ ਰਿਹਾ ਵੀ ਆ ਕਿ ਕੁਆਡਰੈਂਗੂਲਰ ਸੀਗਾ, ਚਾਰ ਪਾਸੇ ਸੀ, ਕਈ ਜਗ੍ਹਾ 'ਤੇ ਆਈ ਥਿੰਕ ਪੰਜ ਕੋਰਨਰ ਸੀਗਾ, ਕਿੰਨਾ ਡਿਫੀਕਲਟ ਹੁੰਦਾ ਐਜ਼ ਅ ਪੋਲੀਟੀਸ਼ੀਅਨ, ਥੋੜ੍ਹਾ ਫਰਕ ਸੀਗਾ ਇਸ ਇਲੈਕਸ਼ਨ 'ਚ? ਬਹੁਤ ਫਰਕ ਹੈ, ਦੇਖੋ ਦਿਓ ਕਿੱਡੇ ਕਿੱਡੇ ਮਹਾਰਥੀ, BSP ਦੇ ਸਟੇਟ ਪ੍ਰੈਜ਼ੀਡੈਂਟ ਜਿਹੜੇ ਸਭ ਤੋਂ ਵੱਡੇ ਲੀਡਰ ਉਹ ਲੜ ਰਹੇ ਸੀ, ਕਾਂਗਰਸ ਦੇ ਨੈਸ਼ਨਲ ਟ੍ਰੈਜ਼ਰਰ ਜਿਹੜੇ ਤਿੰਨ ਚਾਰ ਚਾਰ ਪੀੜ੍ਹੀਆਂ 'ਚ ਪੰਜਾਬ 'ਚ ਮੰਤਰੀ ਰਹਿ ਚੁੱਕੇ, ਬਹੁਤ ਸਰਮਾਏਦਾਰ ਸਿੰਗਲਾ ਸਾਹਿਬ ਲੜ ਰਹੇ ਸੀ, ਚੰਦੂ ਮਾਜਰਾ ਵੀ ਬਹੁਤ ਵੱਡੇ ਧੁਰੰਧਰ ਰਹੇ ਆ, ਭਾਵ ਰਾਜਨੀਤੀ ਦੇ ਧੁਰੰਧਰ ਮੰਨੇ ਜਾਂਦੇ ਆ, ਕਈ ਵਾਰ MMP ਰਹੇ ਆ, ਮਿਨਿਸਟਰ ਰਹੇ ਆ ਔਰ ਪਿਛਲੇ 50 ਸਾਲ ਤੋਂ ਪੰਜਾਬ ਦੀ ਰਾਜਨੀਤੀ ਡੋਮੀਨੇਟ ਕਰਦੇ ਆ। BJP ਆਪਣੇ ਆਪ 'ਚ ਬੜੀ ਵੱਡੀ ਤਾਕਤ ਹੈ ਕਿਉਂਕਿ ਉਹਨਾਂ ਕੋਲ ਸੈਂਟਰ 'ਚ ਸਾਰੀ ਪੈਸਾ ਮਸਲ ਯੇ ਪਾਵਰ ਯੇ, ਕੈਂਡੀਡੇਟ ਬੇਸ਼ਕ ਉਹਨਾਂ ਦਾ ਕਮਜ਼ੋਰ ਸੀ ਲੇਕਿਨ ਉਹਨਾਂ ਦੇ ਪਿੱਛੇ ਜਥੇਬੰਦਕ ਢਾਂਚਾ ਬੜਾ ਖੜਾ, ਪੈਸਾ ਬਹੁਤ ਸੀ ਉਹਨਾਂ ਕੋਲ ਔਰ ਮੇਰੇ ਵਰਗੇ ਬੰਦੇ ਨਾ ਜਿਹੜਾ ਬੜੇ ਆਮ ਸਧਾਰਨ ਪਰਿਵਾਰ 'ਚੋਂ ਵਿਦਿਆਰਥੀ ਰਾਜਨੀਤੀ 'ਚੋਂ ਆ ਕੇ, ਮੈਂ ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਅੱਜ 22 ਸਾਲ ਬਾਅਦ ਮੈਂ ਇਲੈਕਸ਼ਨ ਲੜਿਆ, ਸਿੱਧਾ ਲੋਕ ਸਭਾ ਦਾ ਲੜਿਆ। ਸੋ ਟਫ ਤਾਂ ਡੈਫੀਨੇਟਲੀ ਹੁੰਦਾ ਲੇਕਿਨ ਬਹੁਤ ਅੱਛਾ ਟੀਮ ਸਾਰੀ ਨੇ ਕੰਮ ਕੀਤਾ, ਪੂਰੇ ਜਜ਼ਬੇ ਨਾਲ ਅਸੀਂ ਇਲੈਕਸ਼ਨ ਲੜੇ ਹਾਂ ਔਰ ਕਾਊਂਟਿੰਗ ਤੋਂ ਪਹਿਲਾਂ ਸਾਨੂੰ ਕਦੀ ਵੀ ਇੱਕ ਸੈਕਿੰਡ ਲਈ ਵੀ ਮਨ 'ਚ ਨਹੀਂ ਆਇਆ ਵੀ ਅਸੀਂ ਕਿਤੇ ਲੂਜ਼ ਕਰਾਂਗੇ। ਕਾਊਂਟਿੰਗ ਦੇ ਦੌਰਾਨ ਜ਼ਰੂਰ ਸਾਨੂੰ ਵੀ ਲੱਗਿਆ ਵੀ ਬੜਾ ਟਫ ਕੰਟੈਸਟ ਹੋ ਗਿਆ, ਲੇਕਿਨ ਡਿਊਰਿੰਗ ਕੈਂਪੇਨ ਅਸੀਂ ਬਹੁਤ ਕੌਨਫੀਡੈਂਸ ਸੀ ਕਿ ਅਸੀਂ 50,000 ਪਲੱਸ ਮਾਰਜਨ ਤੋਂ ਜਿੱਤਾਂਗੇ, ਉਹ ਜ਼ਰੂਰ ਆਉਣ ਵਾਲੇ ਟਾਈਮ 'ਚ ਉਹਨੂੰ ਠੀਕ ਕਰਾਂਗੇ। ਤੁਸੀਂ ਮਾਨ ਸਾਹਿਬ ਨੂੰ ਮਿਲਦੇ ਰਹਿੰਦੇ ਹੋ, ਉਹ 13-0 ਦਾ ਸਲੋਗਨ ਦਿੰਦੇ ਸੀ, ਮੋਰਾਲ ਡਾਊਨ ਹੈ? ਨਹੀਂ, ਦੇਖੋ ਲੀਡਰ ਦਾ ਮੋਰਾਲ ਡਾਊਨ ਸਾਡੇ ਦਾ ਨਹੀਂ ਹੈ ਬਿਲਕੁਲ ਵੀ, ਚੜ੍ਹਦੀ ਕਲਾ 'ਚ ਹੈ। ਮੁੱਖ ਮੰਤਰੀ ਜੀ ਨੇ ਸਾਰੀ ਲੋਕ ਸਭਾ ਦੀ ਮੀਟਿੰਗ ਲਈ ਹੈ 13 ਦੀਆਂ 13, ਜਿਹੜੇ ਜਿੱਤੇ ਹਾਰੇ ਸਾਰਿਆਂ ਨਾਲ, ਮੇਨ ਸਾਡੇ ਜਿਹੜੇ MLA ਸਾਹਿਬਾਨ, ਹਲਕਾ ਇੰਚਾਰਜ ਔਰ ਪਾਰਟੀ ਦੇ ਲੀਡਰ ਔਰ ਮੁੱਖ ਮੰਤਰੀ ਜੀ ਨੇ ਉੱਥੇ ਇਹੀ ਗੱਲ ਕਹੀ ਹੈ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ। 19 ਸਾਡੇ ਕੋਲ ਇੱਕ ਸੀਟ ਸੀ, ਅੱਜ ਸਾਡੇ ਕੋਲ 3 ਹੈ, ਵੋਟ ਸ਼ੇਅਰ ਉਦੋਂ 7% ਸੀ, ਅੱਜ 26% ਹੈ। ਸੋ ਇਹ ਚੱਲਦਾ ਰਹਿੰਦਾ ਹੈ, ਲੇਕਿਨ ਇਹ ਵੀ ਇਹਨਾਂ ਚੀਜ਼ਾਂ ਤੋਂ ਸਬਕ ਸਿੱਖ ਕੇ ਅਸੀਂ ਅੱਗੇ ਵਧਣਾ, ਕੀ ਕਮੀਆਂ ਰਹੀਆਂ ਉਸ ਕਮੀਆਂ ਨੂੰ ਆਈਡੈਂਟੀਫਾਈ ਕਰਕੇ ਉਹਦਾ ਉਪਚਾਰ ਕਰਾਂਗੇ। ਕੰਗ ਸਾਹਿਬ, ਕਾਂਗਰਸ ਦੀ ਆਪਾਂ ਗੱਲ ਕੀਤੀ ਵੀ ਮਰਜ ਕੀਤੀ, 7 ਸੀਟਾਂ ਵੀ ਆਈਆਂ, ਵੋਟ ਬੈਂਕ ਵੀ ਤੁਹਾਡੇ ਬਰਾਬਰ, ਵੋਟ ਸ਼ੇਅਰ ਤੁਹਾਡੇ ਬਰਾਬਰ ਆ ਗਿਆ, ਤੁਸੀਂ BJP ਨੂੰ ਕਿਸ ਤਰ੍ਹਾਂ ਦੇਖਦੇ ਹੋ? ਮਰਜ ਕਰ ਗਈ ਹੈ, ਚਾਹੇ ਸੀਟ ਕੋਈ ਨਹੀਂ ਆਈ, ਬਟ ਵੋਟ ਸ਼ੇਅਰ ਜੇ ਕੰਪੇਅਰ ਕਰੋ ਤੇ ਅਰਬਨ ਏਰੀਆਜ਼ ਨੇ ਕਾਫੀ ਹੈਵੀਲੀ ਵੋਟ ਕੀਤਾ ਉਹਨਾਂ ਨੂੰ। ਮੈਨੂੰ ਲੱਗਦਾ ਵੀ BJP ਦਾ ਵੋਟ ਸ਼ੇਅਰ ਤੇ ਵਧਿਆ ਹੈ, ਲੇਕਿਨ ਜੋ BJP ਦੀ ਰਾਜਨੀਤੀ ਹੈ, ਜੋ ਪੂਰਾ ਉਹਨਾਂ ਦਾ ਨਫ਼ਰਤ ਔਰ ਭਾਈਚਾਰਿਆਂ ਨੂੰ ਲੜਾਉਣਾ, ਰਿਲੀਜਨ ਬੇਸ ਤੇ ਲੋਕਾਂ 'ਚ ਵੰਡੀਆਂ ਪਾਉਣੀਆਂ, ਉਹ ਪੰਜਾਬ ਦੀ ਧਰਤੀ 'ਤੇ ਕਾਮਯਾਬ ਨਹੀਂ ਕਦੀ ਹੋਣੇ। ਇਹ ਵੋਟ ਵੂਟ ਤਾਂ ਚਲੋ ਇਸ ਵਾਰ ਉਹ ਲੈ ਗਏ ਆ, ਇਹ ਮੈਨੂੰ ਲੱਗਦਾ ਉਹਨਾਂ ਦਾ ਸਭ ਤੋਂ ਬਿਹਤਰ ਪਰਫੋਰਮੈਂਸ ਹੀ ਹੋਊਗਾ, ਲੇਕਿਨ ਫਿਊਚਰ 'ਚ ਨਹੀਂ। BJP ਦੀ ਜੋ ਆਈਡੀਓਲੋਜੀਕਲ ਪੋਲੀਟਿਕਸ ਹੈ ਉਹਨੂੰ ਪੰਜਾਬ ਦੇ ਲੋਕ, ਚਾਹੇ ਉਹ ਕੋਈ ਵੀ ਹੋਣ, ਹਿੰਦੂ, ਮੁਸਲਿਮ, ਸਿੱਖ, ਈਸਾਈ ਕੋਈ ਵੀ ਹੋਣ, ਉਹ ਐਕਸੈਪਟ ਨਹੀਂ ਕਰਨਗੇ।
ਚਲੋ ਐਤਕੀ ਦਾ ਅਲਾਇੰਸ ਨਹੀਂ ਹੋਇਆ, ਹੁਣ ਬਾਈ ਇਲੈਕਸ਼ਨ ਆ ਰਹੇ ਹੈ, ਤੇ ਕੋਈ ਹੈ ਗੱਲ ਵੀ ਕਾਂਗਰਸ ਨਾਲ ਅਲਾਇੰਸ ਹੋ ਸਕਦਾ? ਅਲਾਇੰਸ ਕੋਈ ਨਹੀਂ ਹੋਗਾ, ਅਸੀਂ ਅਲੱਗ ਲੜਾਂਗੇ। ਆਲਰੇਡੀ ਪਾਰਟੀ ਦੇ ਤੇ ਆਪਣੀ ਕਲੈਰੀਫਿਕੇਸ਼ਨ ਦੇ ਚੁੱਕੀ, ਈਵਨ ਦਿੱਲੀ ਚ ਵੀ ਜੋ ਪਾਰਟੀ ਨੇ ਜੋ ਕਿਹਾ ਵੀ ਆਉਣ ਵਾਲੇ ਟਾਈਮ ਚ ਅਸੀਂ ਅਲੱਗ ਲੜਾਂਗੇ। ਸੋ ਇਸ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਖੰਗ, ਜਿਨ੍ਹਾਂ ਨੇ ਕੈਟਾਗੋਰੀਕਲੀ ਐਡਮਿਟ ਕੀਤਾ ਕਿ ਹਾਂ ਪਾਰਟੀ ਨੇ ਬਹੁਤ ਮਿਹਨਤ ਕੀਤੀ ਸੀ, ਰਿਜ਼ਲਟਸ ਅਨਐਕਸਪੈਕਟਡ ਆਏ, ਲੇਕਿਨ ਹੁਣ ਕੋਸ਼ਿਸ਼ ਇਹ ਹੋਈ ਹੈ ਵੀ ਜਿਹੜੇ ਸਰਕਾਰ ਨੇ ਕੰਮ ਕੀਤੇ ਉਹ ਲੋਕਾਂ ਤੱਕ ਲੈ ਕੇ ਜਾਏ ਜਾਣ, ਔਰ ਭਗਵੰਤ ਮਾਨ ਜਿਹੜੇ ਨੇ ਉਹ ਅਪਬੀਟ ਨੇ, ਲੋਕਾਂ ਨਾਲ ਆਪਣੇ ਪਾਰਟੀ ਵਰਕਰਸ ਨਾਲ ਗੱਲ ਕਰ ਰਹੇ ਨੇ ਔਰ ਕਹਿ ਰਹੇ ਨੇ ਵੀ ਬਾਊਂਸ ਬੈਕ ਆਪਾਂ ਕਰਾਂਗੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਚਾਂਦੀ ਦੇ ਨਾਲ ਅਸੀਮ ਬੱਸੀ ਪੰਜਾਬ ਤੱਕ।